ਕਹਿੰਦੇ ਹਨ ਕਿ ਪ੍ਰਾਚੀਨ ਯੂਨਾਨ ਵਿੱਚ ਇੱਕ ਚਰਵਾਹਾ ਰਹਿੰਦਾ ਸੀ। ਉਸ ਦਾ ਨਾਮ ਮੈਗਨਸ ਸੀ। ਉਹ ਆਪਣੀਆਂ ਭੇਡਾਂ ਅਤੇ ਬੱਕਰੀਆਂ ਦੇ ਝੁੰਡ ਨੂੰ ਨੇੜੇ ਦੇ ਪਹਾੜਾਂ ਉੱਤੇ ਚਰਾਉਣ ਲਈ ਲੈ ਜਾਂਦਾ ਸੀ। ਭੇਡਾਂ ਨੂੰ ਕਾਬੂ ਕਰਨ ਲਈ ਉਹ ਆਪਣੇ ਕੋਲ ਇੱਕ ਸੋਟੀ ਰੱਖਦਾ ਸੀ। ਸੋਟੀ ਦੇ ਇੱਕ ਸਿਰੇ ਤੇ ਲੋਹੇ ਦੀ ਟੋਪੀ ਲੱਗੀ ਹੁੰਦੀ ਸੀ। ਇੱਕ ਦਿਨ ਪਹਾੜ ਤੇ ਇੱਕ ਚਟਾਨ ਦੇ ਉੱਪਰ ਤੋਂ ਉਸ ਨੂੰ ਸੋਟੀ ਨੂੰ ਚੁੱਕਣ ਵਿੱਚ ਬਹੁਤ ਜ਼ੋਰ ਲਗਾਉਣਾ ਪਿਆ ਅਤੇ ਉਹ ਹੈਰਾਨ ਹੋਇਆ। ਚਟਾਨ ਸੋਟੀ ਨੂੰ ਆਪਣੇ ਵੱਲ ਖਿੱਚਦੀ ਲੱਗ ਰਹੀ ਸੀ। ਇਹ ਚਟਾਨ ਇੱਕ ਕੁਦਰਤੀ ਚੁੰਬਕ ਸੀ ਅਤੇ ਇਸ ਨੇ ਚਰਵਾਹੇ ਦੀ ਸੋਟੀ ਦੀ ਲੋਹੇ ਦੀ ਟੋਪੀ ਨੂੰ ਆਪਣੇ ਵੱਲ ਆਕਰਸ਼ਿਤ ਕਰ ਲਿਆ ਸੀ। ਕਿਹਾ ਜਾਂਦਾ ਹੈ ਕਿ ਇਸ ਤਰ੍ਹਾਂ ਕੁਦਰਤੀ ਚੁੰਬਕ ਦੀ ਖੋਜ ਹੋਈ। ਸੰਭਵ ਹੈ ਉਸ ਚਰਵਾਹੇ ਦੇ ਨਾਮ ਉੱਤੇ ਇਸ ਪੱਥਰ ਨੂੰ ਮੈਗਨੀਸ਼ੀਅਮ ਨਾਮ ਦਿੱਤਾ ਗਿਆ। ਮੈਗਨੀਟਾਈਟ ਵਿੱਚ ਲੋਹਾ ਹੁੰਦਾ ਹੈ। ਕੁਝ ਲੋਕਾਂ ਦਾ ਵਿਸ਼ਵਾਸ ਹੈ ਕਿ ਇਹ ਮੈਗਨੀਟਾਈਟ ਮੈਗਨੀਸ਼ੀਅਮ ਨਾਂ ਦੇ ਥਾਂ ਤੇ ਸਭ ਤੋਂ ਪਹਿਲਾਂ ਪਾਇਆ ਗਿਆ। ਜਿਨ੍ਹਾਂ ਪਦਾਰਥਾਂ ਵਿੱਚ ਲੋਹੇ ਨੂੰ ਆਕਰਸ਼ਿਤ ਕਰਨ ਦਾ ਗੁਣ ਪਾਇਆ ਜਾਂਦਾ ਹੈ ਉਹਨਾਂ ਨੂੰ ਚੁੰਬਕ ਕਹਿੰਦੇ ਹਨ। ਲੋਕ ਹੁਣ ਤੱਕ ਇਹ ਜਾਣ ਚੁੱਕੇ ਸਨ ਕਿ ਕੁਝ ਚਟਾਨਾਂ ਵਿੱਚ ਲੋਹੇ ਦੇ ਟੁਕੜਿਆਂ ਨੂੰ ਖਿੱਚਣ ਦਾ ਗੁਣ ਹੁੰਦਾ ਹੈ। ਇਹ ਵੀ ਜਾਣਿਆ ਕਿ ਚਟਾਨਾਂ ਦੇ ਇਹਨਾਂ ਛੋਟੇ ਛੋਟੇ ਟੁਕੜਿਆਂ ਵਿੱਚ ਕੁਝ ਵਿਸ਼ੇਸ਼ ਗੁਣ ਹੁੰਦੇ ਹਨ। ਕੁਦਰਤੀ ਰੂਪ ਵਿੱਚ ਮਿਲਣ ਵਾਲੇ ਇਹਨਾਂ ਪਦਾਰਥਾਂ ਨੂੰ ਚੁੰਬਕ ਕਿਹਾ ਗਿਆ। ਬਾਅਦ ਵਿੱਚ ਲੋਹੇ ਦੇ ਟੁਕੜਿਆਂ ਨੂੰ ਚੁੰਬਕ ਬਣਾਉਣ ਦੀ ਵਿਧੀ ਦੀ ਖੋਜ ਹੋਈ ਅਤੇ ਇਸ ਨੂੰ ਬਣਾਉਟੀ ਚੁੰਬਕ ਕਹਿੰਦੇ ਹਨ। ਅੱਜ ਕੱਲ ਵੱਖ ਵੱਖ ਆਕ੍ਰਿਤੀਆਂ ਦੇ ਬਣਾਉਟੀ ਚੁੰਬਕ ਬਣਾਏ ਜਾਂਦੇ ਹਨ, ਜਿਵੇਂ ਕਿ ਘੋੜਖੁਰ ਚੁੰਬਕ, ਵੇਲਨਕਾਰ ਚੁੰਬਕ ਅਤੇ ਗੋਲਾਕਾਰ ਸਿਰਿਆਂ ਵਾਲੇ ਚੁੰਬਕ।